ਬੇਫਿਕਰ ਹੈ, ਸਾਨੂੰ ਪਤਾ ਤੇਰਾ ਦਰਦ ਵੀ ਬੇਫਿਕਰ ਹੈ, ਚਿੰਤਾ ਨਾ ਕਰਕੇ ਹਰ ਇੱਕ ਚੀਜ਼ ਜਿਹੜੀ ਸਾਹਿਤ ਦਿੱਤੀ ਆ ਉਹ ਬੇਫਿਕਰ ਹੈ। ਠੀਕ ਹੈ, ਟਾਈਮ ਹੁਣ ਅਸੀਂ ਜਾਂ ਤਾਂ ਬੋਲ ਵੀ ਨਹੀਂ ਸਕਦੇ ਇਹ ਗੱਲ ਕਿੱਦਾਂ ਹੋਇਆ ਕਿੱਦਾਂ ਫਿਰ ਸਰ ਅਤੇ ਸ਼ਾਰਟ ਸ਼ਾਰਟ ਕਰਕੇ ਲੱਗੇ ਤਾਰਾਂ ਢਿੱਲੀਆਂ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਜਗਵੰਟ ਜੀ, ਮੈਂ ਹਰੀਸ਼ ਬਟਲਾ। ਬਿੱਤੀ ਦਿਨ ਮੋਹਾਲੀ ਅਤੇ ਖਰੜੀ ਅਧੀਨ ਪੈਂਦੇ ਪਿੰਡ KFC ਨਜ਼ਦੀਕ ਖੜੀ ਕਿਸਾਨ ਦੀ ਫਸਲ ਜੋ ਕਿ ਵਾਢੀਯੋਗ ਹੋ ਚੁੱਕੀ ਸੀ, ਬਿਜਲੀ ਸੰਪਰਕ ਨਾਲ ਅੱਗ ਲੱਗ ਗਈ ਸੀ, ਜਿਸ ਕਾਰਨ 14 ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ, ਜਿਸ ਨੂੰ ਲੈ ਕੇ ਆਪਦੇ ਵਿਧਾਇਕ ਕੁਲਵੰਤ ਸਿੰਘ ਮੌਕੇ 'ਤੇ ਪੁੱਜੇ ਹਨ, ਨਾਲ ਹੀ ਪ੍ਰਸ਼ਾਸਨ ਅਧਿਕਾਰੀ ਹਨ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸਦਾ ਗਿਰਦਾਵਰੀ ਕਰਕੇ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਸਾਬਕਾ ਬਲਵੀਰ ਸਿੰਘ ਸਿੱਧੂ ਵੀ ਮੌਕੇ 'ਤੇ ਪੁੱਜੇ ਸਨ। ਆ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ, ਕੀ ਕਹਿ ਰਹੇ ਨੇ ਮੌਕੇ 'ਤੇ ਕੁਲਵੰਤ ਸਿੰਘ। ਜਿਹੜਾ ਵੀ ਕੰਮ ਤੁਹਾਡੇ ਕੋਲ ਜਾਂਦੇ ਜੀ, ਤੁਸੀਂ ਪੂਰੇ ਖੁਸ਼ ਕਰਕੇ ਭੇਜਦੇ ਜੀ, ਇਹੋ ਜਿਹੀ ਗੱਲ ਦੇਖੋ, ਇਹ ਬੜੇ ਦੁੱਖ ਦੀ ਗੱਲ ਹੈ ਵੀ ਜਿਹੜੀ ਰਾਤ 14 ਏਕੜ ਦੇ ਕਰੀਬ ਆ ਜਿਹੜੀ ਕਣਕ ਆ ਅਤੇ ਸੜ ਕੇ ਸੁਆਹ ਹੋ ਗਈ ਆ, ਇਹ ਕੁਦਰਤੀ ਕਰੋਪੀ ਆ, ਪਤਾ ਨਹੀਂ ਹੈ ਵੀ ਕਿੱਦਾਂ ਇਹ ਅੱਗ ਲੱਗੀ ਹੈ ਕਿੱਦਾਂ ਨਹੀਂ ਲੱਗੀ ਹੈ। ਜੋ ਭਾਣਾ ਬੀਤਣਾ ਸੀ ਉਹ ਤਾਂ ਬੀਤ ਲਿਆ, ਔਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਵੀ ਆ, ਔਰ ਮੈਂ ਇਹ ਸਮਝਦਾ ਵੀ ਇਹਨਾਂ ਦੀ ਇਹ ਠੇਕੇ 'ਤੇ ਲਈ ਹੋਈ ਜ਼ਮੀਨ ਸੀ ਔਰ ਇਹਨਾਂ ਦੀ ਇੰਨੀ ਮਿਹਨਤ ਸੀ ਦਿਨ ਰਾਤ ਦੀ ਕੀਤੀ ਹੋਈ, ਇਹਨਾਂ ਨੇ ਆਪਣਾ ਸਾਰਾ ਜੀ ਜਾਨ ਸਾਰੇ ਪਰਿਵਾਰ ਨੇ ਲਾਇਆ ਸੀ, ਕਿਉਂਕਿ ਠੇਕੇ 'ਤੇ ਜਿਹੜਾ ਬੰਦਾ ਜ਼ਮੀਨ ਲੈਂਦਾ ਉਹ ਪਹਿਲਾਂ ਤਾਂ ਠੇਕਾ ਦਿੰਦਾ ਅਤੇ ਉਹਦੇ ਵਿੱਚੋਂ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਮਿਹਨਤ ਕਰਕੇ ਜੋ ਉਹ ਕਰਦਾ ਆਪਣੇ ਹੱਥ ਨਾਲ ਉਹਦੀ ਉਹ ਕਮਾਈ ਉਹ ਆਪਣੇ ਪਰਿਵਾਰ ਨੂੰ ਖਿਲਾਉਂਦਾ, ਅਤੇ ਮੈਨੂੰ ਇਹਨਾਂ ਦੇ ਨਾਲ ਬਹੁਤ ਹਮਦਰਦੀ ਆ। ਮੈਂ ਇਹਨਾਂ ਨੂੰ ਪੂਰਾ ਯਕੀਨ ਦਵਾਉਂਦਾ ਬਈ ਸਾਡੇ, ਮੈਂ ਇਹ ਗੱਲ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਾਊਂਗਾ, ਔਰ ਜੋ ਵੀ ਮਦਦ ਸੰਭਵ ਹੋਊਗੀ ਜੋ ਸਰਕਾਰ ਨੇ ਦੇਣਾ ਉਹ ਤਾਂ ਦੇਣਾ ਹੀ ਦੇਣਾ, ਅਤੇ ਉਦੋਂ ਬਿਨਾਂ ਵੀ ਅਸੀਂ ਜੋ ਵੀ ਦੇ ਸਕਦੇ ਹੋਏ, ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ, ਮੈਂ ਕਹਿ ਵੀ ਨਹੀਂ ਸਕਦਾ ਕੁਛ, ਪਰ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹੋਏ ਜਿਹੜੀਆਂ ਸੰਸਥਾਵਾਂ ਨੇ ਉਹ ਮੈਂ ਆਪਣੇ ਵੱਲੋਂ ਅਤੇ ਸਰਕਾਰ ਵੱਲੋਂ ਮੈਂ ਬਹੁਤ ਹੀ ਜਲਦੀ, ਇਹ ਨਹੀਂ ਵੀ ਕੋਈ 2-4 ਮਹੀਨੇ ਲੱਗਣਗੇ, ਬਹੁਤ ਜਲਦੀ ਜਿਹੜੀ ਇਹਨਾਂ ਨੂੰ ਮਦਦ ਅਸੀਂ ਕਰਵਾ ਦਾਂਗੇ, ਭਾਵੇਂ ਅਸੀਂ ਇਹਨਾਂ ਦਾ ਜਿਹੜਾ ਘਾਟਾ ਪਿਆ ਉਹ ਪੂਰਾ ਨਹੀਂ ਕਰ ਸਕਦੇ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕੁਛ ਨਾ ਕੁਛ ਜਿਹੜਾ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਇਹਦਾ ਭਰਪਾਈ ਕਰ ਸਕੀਏ ਅਸੀਂ, ਇਹ ਮੈਂ ਇਹਨਾਂ ਨੂੰ ਯਕੀਨ ਦਵਾਉਂਦਾ, ਔਰ ਬਹੁਤ ਜਲਦੀ ਅਸੀਂ ਇਹਨਾਂ ਨੂੰ ਇਹ ਜਿਹੜੀ ਜੋ ਵੀ ਅਸੀਂ ਮੁਆਵਜ਼ਾ ਉਹ ਅਸੀਂ ਸਰਕਾਰ ਵੱਲੋਂ ਦੇਵਾਂਗੇ, ਅਤੇ ਜੋ ਅਸੀਂ ਆਪਣੇ ਵੱਲੋਂ ਕੀਤਾ ਉਹ ਅਸੀਂ ਆਪਣੇ ਵੱਲੋਂ ਕਰਾਂਗੇ। ਰਾਤ ਚਰਚਾਵਾਂ ਚੱਲ ਰਹੀਆਂ ਸੀ ਵੀ ਕਹਿੰਦੇ ਫਾਇਰ ਬ੍ਰਿਗੇਡ ਦਫ਼ਤਰ ਦੀ ਜਿਹੜੀ ਗੱਡੀ ਬਹੁਤ ਲੇਟ ਪਹੁੰਚੀ, ਜੇ ਟਾਈਮ ਸਿਰ ਆ ਜਾਂਦੀ ਤਾਂ ਕਣਕ ਬਚ ਜਾਂਦੀ, ਕੋਈ ਹੋਇਆ ਰਾਬਤ? ਦੇਖੋ ਗੱਲ ਇਹ ਆ ਵੀ ਹੋ ਸਕਦਾ ਵੀ ਇਹ ਗੱਲ ਠੀਕ ਵੀ ਹੋ ਵੀ ਲੇਟ ਪਹੁੰਚੀ ਆ, ਪਰ ਇਹ ਆ ਵੀ ਗੱਡੀ ਜਦੋਂ ਆਉਂਦੀ ਆ ਆਉਣ ਚੱਲਣ ਤੋਂ ਲੈ ਕੇ ਇੱਥੇ ਤੱਕ ਪਹੁੰਚਣ ਤੱਕ ਅੱਧਾ ਘੰਟਾ ਲੱਗ ਹੀ ਜਾਂਦਾ, ਕਿਉਂਕਿ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ, ਪਰ ਕਣਕ ਦੀ ਜਿਹੜੀ ਅੱਗ ਲੱਗਣ ਦੀ ਸਪੀਡ ਆ ਉਹ ਇੰਨੀ ਸੀ, ਰਾਤ ਹਵਾ ਵੀ ਬਹੁਤ ਚੱਲ ਰਹੀ ਸੀ ਔਰ ਕਣਕ ਵੀ ਜਮ੍ਹਾਂ ਸੁੱਕੀ ਪਈ ਹੈ, ਵੱਢਣ 'ਤੇ ਆਈ ਹੋਈ ਸੀ, ਵਾਢੀ 'ਤੇ ਆਈ ਹੋਈ ਸੀ, ਅਤੇ ਇਸ ਕਰਕੇ ਮਤਲਬ ਉਹ ਵੀ ਅਸੀਂ ਦੇਖਦੇ ਹਾਂ ਕਰਾਉਂਦੇ ਹਾਂ ਵੀ ਗੱਡੀ ਕਿਵੇਂ ਲੇਟ ਪਹੁੰਚੀ ਆ, ਉਹਦੀ ਅਸੀਂ ਅਲੱਗ ਤੌਰ 'ਤੇ ਜਿਹੜੀ ਇਨਕੁਆਇਰੀ ਉਹ ਕਰਾਵਾਂਗੇ। ਕਿੰਨੇ ਟਾਈਮ ਤੱਕ ਮੁਆਵਜ਼ਾ ਮਿਲ ਸਕਦਾ ਹੈ ਜੀ? ਮੇਰਾ ਖਿਆਲ ਆ ਵੀ ਅਸੀਂ ਹੱਦ 15-20 ਦਿਨ ਦੇ ਵਿੱਚ ਇਹਨਾਂ ਨੂੰ ਜਿਹੜਾ ਮੁਆਵਜ਼ਾ ਉਹ ਪਹੁੰਚਦਾ ਕਰਦੇ ਹਾਂ। ਇਹ ਮਤਲਬ ਅਪਰੋਕਸੀਮੇਟਲੀ 10 ਏਕੜ ਹੈ, ਇਹਦੇ ਵਿੱਚੋਂ ਅਰਾਊਂਡ 1 ਏਕੜ ਮੋਹਾਲੀ ਤਹਿਸੀਲ 'ਚ ਪੈ ਰਿਹਾ ਅਤੇ 9 ਦੇ ਕਰੀਬ ਖਰੜ ਤਹਿਸੀਲ 'ਚ ਪੈ ਰਿਹਾ, ਬਾਕੀ ਹੁਣ ਅਸੈਸਮੈਂਟ ਚੱਲ ਰਹੀ ਹੈ।
ਸਰ ਕਿੰਨੇ ਕੁ ਟਾਈਮ 'ਚ ਮੁਆਵਜ਼ਾ ਜਿਹੜਾ ਮਿਲ ਜਾਏਗਾ? ਇਹ ਸਾਡੀ ਕੋਸ਼ਿਸ਼ ਆ ਜੀ ਸਾਰਾ ਕੰਮ ਕੰਪਲੀਟ ਕਰਾ ਕੇ ਮੁਆਵਜ਼ੇ ਦਾ ਕੇਸ ਬਣਾ ਕੇ ਭੇਜ ਦਾਂਗੇ ਕੱਲ੍ਹ ਅਸੀਂ।